ਹਾਂਜੀ ਸੋ ਅੱਜ ਆਪਾਂ ਬਣਾਉਣੀ ਆ ਪਾਵਰਫੁਲ ਗ੍ਰੀਨ ਟੀ ਇਹਦੀ ਰੈਸਪੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਦੇ ਵਿੱਚ ਮੈਂ ਕੀ ਕੀ ਚੀਜ਼ਾਂ ਪਾਈਆਂ ਨੇ ਤੇ ਬੈਨੀਫਿਟ ਬਹੁਤ ਨੇ ਤੇ ਗੱਲ ਕਰੂੰਗਾ ਸਾਇੰਸ ਬੇਸਡ ਕਿ ਕਿੱਦਾਂ ਇਹ ਵਰਕ ਕਰਦ ਨੇ ਜੋ ਇਹਦੇ ਵਿੱਚ ਇਨਗਰੀਡੀਅੰਟ ਨੇ ਉਹ ਕਿਵੇਂ ਵਰਕ ਕਰਨਗੇ ਆਪਣੀ ਹੈਲਥ ਲਈ ਆਪਣੀ ਫੈਟ ਲੌਸ ਲਈ ਕੋਈ ਚਾਹੇ ਤੁਸੀਂ ਐਪਸ ਕੱਢਣੇ ਨੇ ਚਾਹੇ ਕਿਸੇ ਨੇ ਫੈਟ ਬਰਨ ਕਰਨੀਆਂ ਚਾਹੇ ਕੋਈ ਤੁਹਾਡੀ ਓਵਰਾਲ ਹੈਲਥਾ ਚਾਹੇ ਆਪਣੇ ਬੇਬੇ ਬਾਪੂ ਦੀ ਹੈਲਥਾ ਚਾਹੇ ਡਾਈਜੈਕਸ਼ਨ ਚਾਹੇ ਸਕਿਨ ਦੀਆਂ ਪ੍ਰੋਬਲਮਾਂ ਨੇ ਚਾਹੇ ਤੁਸੀਂ ਬਿਮਾਰ ਹੋ ਵਾਇਰਲ ਇਨਫੈਕਸ਼ਨ ਨਾਲ ਤੁਹਾਡਾ ਇਮਿਊਨ ਸਿਸਟਮ ਬੂਸਟ ਕਰਨਾ ਬਹੁਤ ਇੱਕ ਪਾਵਰਫੁੱਲ ਡਰਿੰਕ ਆ ਕੋਈ ਤੁਹਾਨੂੰ ਫੈਟ ਬਰਨਿੰਗ ਲੈਣ ਦੀ ਲੋੜ ਨਹੀਂ ਉਹਨਾਂ ਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਹਰਬਲ ਦੇ ਪੁੜਾ ਟਖਾਣ ਦੀ ਲੋੜ ਨਹੀਂ ਕਿਉਂਕਿ ਇਹ ਜੀ ਬਹੁਤ ਜ਼ਿਆਦਾ ਜਿਵੇਂ ਮੈਂ ਪਹਿਲਾਂ ਮੈਂਸ਼ਨ ਕਰਿਆ ਬਹੁਤ ਜ਼ਿਆਦਾ ਪਾਵਰਫੁੱਲ ਫੂਡ ਆ ਪੈਡ ਕਰੇ ਹੋਏ ਨੇ ਆਲਸੋ ਤੁਹਾਡਾ ਹਾਰਮੋਨਸ ਇਹ ਗ੍ਰੇਲਿਨ ਹੰਗਰ ਹਾਰਮੋਨਸ ਆ ਜੋ ਆਪਣਾ ਉਹਨੂੰ ਕੰਟਰੋਲ ਕਰਦੀ ਆ ਮਤਲਬ ਕਈ ਵਾਰ ਆਪਾਂ ਓਵਰ ਹੀਟਿੰਗ ਕਰ ਜਾਂਦੇ ਆ ਐਪੀਟਾਈਟ ਕੰਟਰੋਲ ਕਰੂਗੀ ਤੁਹਾਡੀ ਭੁੱਖਾ ਕੰਟਰੋਲ ਕਰੂਗੀ ਸੋ ਜਿਆਦਾ ਆਪਾਂ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਆ ਆਪਾਂ ਬਣਾਉਣੇ ਆ ਕਿ ਕਿਦਾਂ ਕਿਦਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਐਡ ਕਰਨੀਆਂ ਨੇ ਸੋ ਆ ਜਿਹੜਾ ਸਾਰਾ ਆਪਾਂ ਸਮਾਨ ਐਡ ਕਰਨਾ ਆਪਣੀ ਗ੍ਰੀਨ ਟੀ ਦੇ ਵਿੱਚ ਬਹੁਤ ਸੁਪਰ ਫੂਡ ਨੇ ਸਾਰੀ ਪਹਿਲਾ ਮੇਨ ਇਨ ਇਨਗਰੀਡਿੰਗ ਆ ਜਿਹੜਾ ਕਿ ਗ੍ਰੀਨ ਟੀ ਆ ਹੁਣ ਗ੍ਰੀਨ ਟੀ ਦਾ ਸਾਰਿਆਂ ਨੂੰ ਪਤਾ ਕੀ ਫੈਟ ਬਰਨ ਕਰਦੀ ਆ ਮਟਾ올 ਇਹਨੂੰ ਫਾਸਟ ਕਰਦੀ ਆ ਕਿਵੇਂ ਕਰਦੀ ਆ ਉਹਦੇ ਬਾਰੇ ਪਹਿਲਾਂ ਮੈਂ ਗੱਲ ਕਰਦਾ ਗ੍ਰੀਨ ਟੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਪਾਵਰਫੁਲ ਐਨਜ਼ਾਈਮ ਪਾਇਆ ਜਾਂਦਾ ਈਜੀਸੀਜੀ ਜਿਹਨੂੰ ਕਹਿੰਦੇ ਨੇ ਈ ਉਹ ਐਨਜ਼ਾਈਮ ਹੀ ਤੁਹਾਡੀ ਫੈਟ ਬਰਨ ਕਰਦਾ ਉਹ ਐਨਜ਼ਾਈਮ ਤੁਹਾਡਾ ਮਟਾਵਲ ਨੂੰ ਫਾਸਟ ਕਰਦਾ ਤੇ ਉਹ ਜਿਹੜਾ ਐਨਜ਼ਾਈਮ ਹੈ ਉਹ ਐਕਟੀਵੇਟ ਕਰਦਾਗਾ ਇੱਕ ਹੋਰ ਪਾਵਰਫੁਲ ਐਨਜ਼ਾਈਮ ਨੂੰ ਜਿਹਦਾ ਨਾਮ ਹੈ ਏ ਐਮ ਪੀ ਕੇ ਐਕਟਿਵ ਪ੍ਰੋਟੀਨ ਕਾਈਨੇਸ ਏ ਐਮ ਪੀ ਕੇ ਉਦੋਂ ਐਕਟੀਵੇਟ ਹੁੰਦਾ ਜਦੋਂ ਤੁਸੀਂ ਫਾਸਟ ਕਰਦੇ ਹੋ ਜਾਂ ਤੁਸੀਂ ਬਾਡੀ ਐਕਸਰਸਾਈਜ਼ ਕਰਦੇ ਹੋ ਬਾਡੀ ਨੂੰ ਨਹੀਂ ਫੂਡ ਦਿੰਦੇ ਤਾਂ ਬਾਡੀ ਫੈਟ ਬਰਨ ਕਰਦੀ ਹੈ ਇੱਕ ਐਕਟੀਵੇਟ ਕਰਦੀ ਹੈ ਇਹ ਦੋਨੇ ਚੀਜ਼ਾਂ ਮਿਲ ਕੇ オートファジーオートファジー ਮਤਲਬ ਜਦੋਂ ਤੁਸੀਂ ਫਾਸਟ ਕਰਦੇ ਹੋ ਤੁਹਾਡੀ ਬਾਡੀ ਤੁਹਾਡੇ ਸ਼ੈਲ ਪੁਰਾਣੇ ਸ਼ੈਲ ਦੀ ਰਿਪੇਅਰ ਕਰਦੀ ਹੈ ਜੇ ਲੰਬਾ ਫਾਸਟ ਕਰਦੇ ਹੋ ਤੇ ਫਿਰ ਜਦ ਏਐਮਪੀ ਕੇ ਐਕਟੀਵੇਟ ਹੋ ਜਾਂਦਾ ਤਾਂ ਫਿਰ ਹੋਰ ਉਹ ਕੇ ਚੀਜ਼ ਫਾਸਟ ਹੁੰਦੀ ਹੈ ਤੁਹਾਨੂੰ ਬੈਟਰ ਰਿਜ਼ਲਟ ਮਿਲਦੇ ਨੇ ਨੈਕਸਟ ਹੈਗਾ ਆਪਣਾ ਜੋ ਇਨਗਰੀਡਿੰਗ ਇਹਦੇ ਵਿੱਚ ਜੋ ਪਾਵਰਫੁਲ ਆ ਉਹ ਹੈਗੀ ਹਲਦੀ ਹੁਣ ਹਲਦੀ ਦੇ ਨਾਲ ਜਿੱਥੇ ਮੈਂ ਕਾਲੀ ਮਿਰਚ ਤਾਂ ਐਡ ਕਰਦਾ ਹੁਣ ਜੇ ਹਲਦੀ ਦੇ ਨਾਲ ਆਪਾਂ ਕਾਲੀ ਮਿਰਚ ਐਡ ਕਰਦੇ ਆ ਇਹਦਾ ਇੱਕ ਅਸਲੀ ਐਨਜ਼ਾਈਮ ਕੰਪਾਊਂਡ ਐਕਟੀਵੇਟ ਹੁੰਦਾ ਕੁਰਕੁਮਿਨ ਕੁਰਕੁਮਿਨ ਕੀ ਕਰਦਾ ਤੁਹਾਡੀ ਇਨਫੋਰਮੇਸ਼ਨ ਘਟਾਉਂਦਾ ਤੋਡੇ ਬਲੱਡ ਦੇ ਵਿੱਚੋਂ ਇਹਨਾਂ ਪਾਵਰਫੁੱਲ ਐਨਜ਼ਾਈਮ ਆ ਤੁਹਾਡੀ ਬਲੱਡ ਦੇ ਵਿੱਚੋਂ ਕੈਂਸਰ ਸੈੱਲ ਦੀ ਖਰਾਬ ਬੰਦ ਕਰ ਦਿੰਦਾ ਮਤਲਬ ਕੈਂਸਰ ਸੈੱਲ ਦੀ ਡੈਥ ਹੋ ਜਾਂਦੀ ਆ ਉਹਨਾਂ ਨੂੰ ਖਰਾਕ ਨਹੀਂ ਮਿਲਦੀ ਸੋ ਕੁਰਕੂਮਿਨ ਇਹ ਕਰਦਾ ਹੋਰ ਕੀ ਕਰਦਾ ਤੁਹਾਡੀ ਇਨਫੋਰਮੇਸ਼ਨ ਘਟਾਉਂਦਾ ਇਨਫੋਰਮੇਸ਼ਨ ਨੂੰ ਅੰਡਰਸਟੈਂਡ ਕਰੋ ਕੀ ਹੁੰਦੀ ਆ ਮੰਨ ਲਓ ਤੁਹਾਡੇ ਇੱਥੇ ਪ੍ਰਿੰਡ ਲੜ ਗਈ ਠੀਕ ਆ ਆਪਾਂ ਨੂੰ ਇਹ ਹੁੰਦਾ ਕਿ ਹੱਥ ਸੋਜ ਗਿਆ ਉਹ ਪ੍ਰਿੰਡ ਦਾ ਸੋਜਾ ਹਨਾ ਆਪਾਂ ਲਾਦਾਂਦੇ ਕਿ ਇਹਦੀ ਜ਼ਹਿਰ ਆ ਬੇਸਿਕਲੀ ਹੁੰਦੀ ਓਦੀ ਇਨਫੈਕਸ਼ਨ ਨਾ ਪਰ ਉਹ ਇਮਿਊਨ ਸਿਸਟਮ ਆ ਕੇ ਤੁਹਾਡਾ ਹੱਥ ਸੋਜਾ ਦਿੰਦਾ ਉਹਨੂੰ ਹੀਲ ਕਰ ਦਿੰਦਾ ਹੁੰਦਾ ਉੱਥੇ ਆ ਕੇ ਤਾਂ ਕਿ ਉਹ ਇਨਫੈਕਸ਼ਨ ਅੱਗੇ ਨਾ ਵਧੇ ਤਾਂ ਕਰਕੇ ਤੁਹਾਡਾ ਉੱਤੇ ਹੱਥ ਸੋਜਦਾ ਸੇਮ ਤੁਹਾਡੇ ਗਿੱਟੇ ਦੇ ਥੱਟ ਲੱਗਦੀ ਹੈ ਗਿੱਟਾ ਸੋਜਦਾ ਇਮਿਊਨ ਸਿਸਟਮ ਰਿਸਪੌਂਸ ਕਰਦਾ ਹੈ ਇਨਫਲਮੇਸ਼ਨ ਨੂੰ ਘਟਾਉਣ ਲਈ ਜੇ ਤੁਹਾਡੀ ਬਾਡੀ ਦੇ ਅੰਦਰ ਬਹੁਤ ਲੰਬੀ ਇਨਫਰਮੇਸ਼ਨ ਰਹਿੰਦੀ ਹੈ ਮਾਲਾ ਤੁਹਾਡੇ ਹਾਰਟ ਦੇ ਵਿੱਚ ਤੁਹਾਡੇ ਪੈਨਗਰੀਏ ਦੇ ਵਿੱਚ ਤੁਹਾਡੇ ਹੋਰ ਆਰਗਨ ਦੇ ਵਿੱਚ ਤੁਹਾਡੇ ਲੀਵਰ ਦੇ ਵਿੱਚ ਤੁਹਾਡੇ ਬ੍ਰੇਨ ਦੇ ਵਿੱਚ ਠੀਕ ਹੈ ਤਾਂ ਉਹ ਇਨਫਰਮੇਸ਼ਨ ਨੂੰ ਘਟਾਉਣ ਲਈ ਹਲਦੀ ਗੋਡਾ ਕਿ ਹਾਰਟ ਅਟੈਕ ਆਉਣਗੇ ਜੀ ਹਾਰਟ ਦੀਆਂ ਨਾੜੀਆਂ ਜੇ ਇਨਫੋਰਮੇਸ਼ਨ ਹੋਊਗੀ ਤਾਂ ਕਰਦੇ ਹਾਂ ਹਲਦੀ ਕੈਂਸਰ ਤੇ ਬਾਕੀ ਬਹੁਤ ਬਿਮਾਰੀਆਂ ਦਾ ਹੱਲ ਆ ਹਲਦੀ ਤੇ ਇਹਦੇ ਨਾਲ ਕਾਲੀ ਮਿਰਚ ਰੂੜ ਰੜ ਕਰਿਓ ਬਾਕੀ ਆਪਾਂ ਜੀਰਾ ਪਾਉਣਾ ਜੀਰਾ ਵਾਟਰ ਤੇ ਬਹੁਤ ਬੈਨੀਫਿਟ ਨੇ weight loss ਲਈ ਤੁਹਾਡੀ ਓਵਰਾਲ ਮੈਟਾਬੋਲਿਜ਼ਮ ਲਈ ਗਾਹਾਂ ਆਪਾਂ ਜਮੈਨ ਦਿਖਾ ਰਹੇ ਹਾਂ ਤੁਹਾਨੂੰ ਜਮੈਨ ਤੇ ਤੁਹਾਨੂੰ ਪਤਾ ਕੀ ਥੋੜੀ ਡਾਈਜੈਸ਼ਨ ਠੀਕ ਕਰ ਲਈ ਕਿ ਨਾ ਹਾਜਮਾ ਖਰਾਬ ਆ ਜਮੈਨ ਐਡ ਕਰਨੀ ਆਪਾਂ ਦੇਖੋ ਤુલਸੀ ਤੇ ਗ੍ਰੀਨ ਟੀ ਇਹਦੇ ਵਿੱਚ ਇੱਕ ਹੋਰ ਬਹੁਤ ਜ਼ਿਆਦਾ ਪਾਵਰਫੁਲ ਅਮੀਨ ਹੁੰਦਾ ਜਿਹਨੂੰ ਕਹਿੰਦੇ ਨੇ ਐਲ-ਥੀਨ ਸਟ्रेस ਹਾਰਮੋਨ ਘੱਟ ਕਰਦਾ ਥੋੜਾ ਬ੍ਰੇਨ ਨੂੰ ਰਿਲੈਕਸ ਕਰਦਾ ਬ੍ਰੇਨ ਚ ਡੋਪਾਮਾਈਨ ਵਧਾਉਂਦਾ ਰਾਤ ਨੂੰ ਸੇਰੀਟੋਨ ਹਾਰਮੋਨ ਵਧਾਉਂਦਾ ਜੋ ਤੁਹਾਨੂੰ ਸਲੀਪ ਕਰਾਉਂਦਾ ਸੋ ਗ੍ਰੀਨ ਟੀ ਤੇ ਤુલਸੀ ਦੇ ਵਿੱਚ ਐਲ-ਥੀਨਾਈਨ ਬਹੁ ਹੁੰਦਾ ਸੋ ਬਹੁਤ ਪਾਵਰਫੁਲ ਅਮੀਨੋ ਆ ਥੋੜੇ ਬ੍ਰੇਨ ਨੂੰ ਕੰਮ ਕਰ ਲਈ ਸੋ ਜੇ ਬਿਫੋਰ ਬੈੱਡ ਦੇ ਕੋਲ ਪੀਂਗੇ ਉਹ ਜੀ ਨੂੰ ਤુલਸੀ ਨੂੰ ਤਾਂ ਥੋੜੀ ਹੈਲਪ ਕਰੂਗਾ ਤੁਹਾਨੂੰ ਫਾਲਾ ਸਲੀਪ ਮਤਲਬ ਸਲੀਪ ਕਰਾਉਣ ਲਈ ਸੋ ਨੈਕਸਟ ਹੈਗੀ ਆਪਣੀ ਸੌਂਪ ਸੌਫ ਦੇਖੋ ਕਈ ਵਾਰ ਤੁਸੀਂ ਚੀਟ ਮੀਲ ਕਰ ਰਹੇ ਨੇ ਜਾਂ ਬੈਟ ਇਟੀਨਿੰਗ ਕਰਦੇ ਹੋ ਸੌਰੀ ਤੁਹਾਡੇ ਫੇਸ ਤੋਂ ਥੋੜਾ ਫੇਸ ਵਾਟਰ ਫੜ ਜਾਂਦਾ ਤੁਹਾਡੀ ਬਾਡੀ ਵਾਟਰ ਫੜ ਜਾਂਦੇ ਬਲੋਟਰ ਲੱਗਦਾ ਸੌਫ ਤੁਹਾਡਾ ਉਹ ਜਿਹੜਾ ਐਕਸਟਰਾ ਵਾਟਰ ਆ ਉਹ ਫਲਸ਼ ਆਊਟ ਕਰ ਦਈਆ ਮਤਲਬ ਤੁਹਾਨੂੰ ਬਲੋਟਨੈਸ ਘਟਾਉਂਦੀ ਆ ਫੇਸ ਤੋਂ ਵੀ ਜੇ ਚੀਟ ਚੂਟ ਮੀਲ ਕਰੀਆ ਗਲਤ ਖਾਧਾ ਗਿਆ ਕਿ ਦਾ ਵੱਡੇ ਵੱਡੇ ਹੈਗਾ ਪਾਰਟੀ ਦੇ ਦੂਜੇ ਦਿਨ ਸੌਫ ਵਾਲਾ ਪਾਣੀ ਪੀਓ ਤੁਹਾਡੇ ਬਲੋਟਡਨੈਸ ਤੁਹਾਡੀ ਬਾਹਰ ਘੱਟ ਫੀਲ ਕਰਨਗੇ ਸੋ ਨੈਕਸਟ ਹੈ ਕਿ ਆਪਣੀ ਮਲਠੀ ਮਲਠੀ ਮੋਸਟਲੀ ਤੁਹਾਡਾ ਜੋ ਗੜਨ ਦੀ ਬਹੁਤ ਵਧੀਆ ਕਈ ਲੋਕ ਕਈ ਵਾਰ ਆਪਣਾ ਗਲ ਖਰਾਬ ਹੋ ਜਾਂਦਾ ਸੋ ਸਿਆਲ ਦੇ ਵਿੱਚ ਜਿਆਦਾ ਇਹ ਇਨਗਰੀਡੀਅੰਟ ਮਾਜੂਦ ਕਰਦਾ ਹੁ ਨਾ ਮਲੱਠੀ ਵੀ ਜ਼ਰੂਰ ਪਾਇਆ ਕਰੋ ਤੇ ਨੈਕਸਟ ਹੈਗਾ ਆਪਣਾ ਜਿੰਜਰ ਜਿੰਜਰ ਜਾਨੀ ਕਿ ਅਦਰਕ ਥੋੜਾ ਇੱਕ ਤਾਂ ਮਟਾਬੋਲਿਜ਼ਮ ਫਾਸਟ ਕਰਦਾ ਦੂਜਾ ਤੁਹਾਡੀ ਡਾਈਜੈਸ਼ਨ ਸਹੀ ਕਰਦਾ ਜਿੰਜਰ ਤੇ ਜਮੈਣ ਮੈਂ ਤਾਂ ਹੀ ਐਡ ਕਰੀਆ ਜਿਨ੍ਹਾਂ ਨੂੰ ਹਾਜਮੇ ਦੀ ਪ੍ਰੋਬਲਮ ਆ ਜਾਂ ਫਿਰ ਤੁਹਾਨੂੰ ਇਨਫੈਕਸ਼ਨ ਆ ਤੁਹਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਤੁਹਾਨੂੰ ਖੰਗ ਜਖਾਮਾ ਕਹਿੰਦੇ ਨਹੀਂ ਹੁੰਦੇ ਕਿ ਜਿੰਜਰ ਵਾਲੀ ਚਾਹ ਪੀ ਲਓ ਅਦਰਕ ਵਾਲੀ ਚਾਹ ਪੀ ਲਓ ਸੋ ਬਹੁਤ ਵਧੀਆ ਕੰਪਾਊਂ ਤੇ ਨਖਤਈਆਂ ਤੇ ਨੰਤੀਜਾਂ ਵੱਡੀ ਲੈਜੀ ਛੋਟੀ ਲੈਜੀ ਲੌਂਗ ਸੋ ਇਹ ਵੀ ਤੁਸੀਂ ਤੰਨੇ ਚੀਜ਼ ਐਡ ਕਰਨੀਆਂ ਨੇ ਥੋੜੀ ਮਾਉਥ ਫਰੈਸ਼ਨੈਸ ਲਈ ਵਧੀਆ ਥੋੜੇ ਗਮਸ ਲਈ ਵਧੀਆ ਕਈਆਂ ਦੇ ਬਲੀਡਿੰਗ ਗਮਸ ਹੁੰਦੇ ਨੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਹੀਲ ਕਰਦੀਆਂ ਨੇ ਸੋ ਥੋੜਾ ਮਟਾਵਲੇ ਨੂੰ ਬੂਸਟ ਕਰਦੀ ਆ ਤੇ ਥੋੜੀ ਡਾਈਜੈਸ਼ਨ ਗੁੱਡ ਕਰਦੀ ਆ ਕਾਫੀ ਜ਼ਿਆਦਾ ਬੈਨੀਫਿਟ ਨੇ ਤਿੰਨ ਚੀਜ਼ਾਂ ਦੇ ਵੀ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਇੰਨਾ ਕੁ ਤੁਸੀਂ ਪਾਣੀ ਬੋਇਲ ਕਰ ਲੈਣਾ ਪਾਣੀ ਦੇ ਵਿੱਚ ਬੋਇਲ ਕਰਨਾ ਸੋ ਸਾਰੇ ਇਨਗਰੀਡੀਅੰਟ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਐਡ ਕਰਤੇ ਇਹ ਆ ਦੇਖੋ ਜਿਹੜਾ ਆਪਣਾ ਸੁਪਰ ਡਰਿੰਕ ਆ ਬਣ ਰਿਹਾ ਤੇ ਹੁਣ ਇਹਨੂੰ ਮੈਂ ਲੋ ਹੀਟ ਦੇ ਉੱਤੇ 5 ਜਾਂ 10 ਮਿੰਟ ਰੱਖੂਗਾ ਤਾਂ ਕਿ ਜੋ ਸਾਰੀਆਂ ਇਹ ਚੀਜ਼ਾਂ ਨੇ ਇਹਨਾਂ ਦਾ ਐਟ ਲੀਸਟ ਅਸਰ ਵਧੀਆ ਤਰੀਕੇ ਨਾਲ ਪਾਣੀ 'ਚ ਨਿਕਲ ਜਵੇ ਲਾਸਟ ਬਟ ਨਾਟ ਲੀਸਟ ਇਨਗਰੀਡਿੰਗ ਹੈਗਾ ਆਪਣਾ ਕਾਈਨੇਨ ਇਹਨੂੰ ਤੁਸੀਂ ਥੋੜਾ ਐਡ ਕਰ ਸਕਦੇ ਹੋ ਇਹ ਥੋੜੀ ਫੈਟ ਬਰਨ ਕਰੂਗਾ ਥੋੜਾ ਕੋਰ ਟੈਂਪਰੇਚਰ ਹਾਈ ਕਰਦਾ ਹੈ ਮੋਸਟਲੀ ਫੈਟ ਬਰਨਰ 'ਚ ਪਾਇਆ ਹੁੰਦਾ ਹੈ ਤੋ ਇਹੀ ਸੀ ਅੱਜ ਦੀ ਤੁਹਾਡੇ ਲਈ ਵੀਡੀਓ ਤੇ ਹੋਪ ਤੁਹਾਨੂੰ ਪਸੰਦ ਆਈ ਹੋਗੀ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਨ ਚ ਟੇਕ ਕੇਅਰ ਜੀ